ਹਾਂਜੀ ਜੀ ਅਸਲਾਮ ਵਾਲੇਕੁਮ ਜੀ ਅਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇਆਲਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਜਿਹੜੇ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਔਰ ਹੈਰਾਨ ਹੋ ਜਾਓਗੇ ਤੁਹਾਨੂੰ ਕਿ ਵਿੱਚ ਤੁਹਾਨੂੰ 2 ਤੋਂ 4 ਹੀ ਸਿੱਖ ਵੀਰ ਨਜ਼ਰ ਆਉਣਗੇ ਲੇਕਿਨ ਬਾਕੀ ਸਾਰੇ ਮੁਸਲਿਮ ਵੀਰ ਜਿਹੜੇ ਨੇ ਉਹ ਦਸਤਾਰ ਬਣਾਉਣ ਵਾਸਤੇ ਬਹੁਤ ਬੇਤਾਬ ਬੈਠੇ ਹੋਏ ਨੇ ਔਰ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ 6 ਭਾਈ ਸਾਹਿਬ ਜਿਹੜੇ ਨੇ ਉਹ ਦਸਤਾਰਾਂ ਸਜਾ ਰਹੇ ਨੇ ਔਰ ਬਹੁਤ ਤੇਜ਼ੀ ਨਾਲ ਦਸਤਾਰਾਂ ਸਜਾ ਰਹੇ ਨੇ ਥੈਂਕਸ ਟੂ ਰੇਡੀਓ ਸਾਡੇਆਲਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਪਾਕਿਸਤਾਨ ਦੇ ਵਿੱਚ ਕੀਤਾ ਔਕਲੈਂਡ ਨਿਊਜ਼ੀਲੈਂਡ ਦਾ ਜਿਹੜਾ ਰੇਡੀਓ ਹੈ ਲੇਕਿਨ ਸੇਵਾ ਜਿਹੜੀ ਹੈ ਉਹਨਾਂ ਦੀ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਹੈ ਅਤੇ ਅਸੀਂ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਭਾਜੀ ਬਹੁਤ ਸਪੀਡ ਨਾਲ ਤੁਹਾਡੀਆਂ ਪੱਗਾਂ ਅੱਜ ਵੱਜ ਰਹੀਆਂ ਨੇ ਹੈ ਇੰਨੀ ਸਪੀਡ ਮੈਂ ਤੁਹਾਡੀ ਕਦੀ ਨਹੀਂ ਦੇਖੀ ਪਹਿਲੇ ਹਾਂਜੀ ਜੀ ਭਾਈ ਸਾਹਿਬ ਪੱਗ ਬੰਨੀ ਗਈ ਬਹੁਤ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਕੈਸਾ ਲੱਗ ਰਿਹਾ ਜੀ ਤੁਹਾਨੂੰ ਪੱਗ ਬੰਨ ਕੇ ਬਹੁਤ ਅੱਛਾ ਮਹਿਸੂਸ ਹੋ ਰਿਹਾ ਕਿ ਇੱਕ ਪੰਜਾਬੀ ਦਸਤਾਰ ਤੁਸੀਂ ਆਪਣੇ ਸਿਰ ਤੇ ਰੱਖੀ ਹੈ ਕਿ ਜਿਹੜੀ ਸਦੀਆਂ ਤੋਂ ਪੰਜਾਬੀਆਂ ਦੀ ਪਹਿਚਾਣ ਸੀ ਤੇ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਦੋਵਾਂ ਭਰਾਵਾਂ ਨੂੰ ਕਹਿਣਾ ਚਾਹਾਂਗੇ ਕਿ ਇੱਕੋ ਹੀ ਖੂਨ ਹੈ ਇੱਕੋ ਹੀ ਭਰਾ ਨੇ ਇਕੱਠੇ ਹੋ ਗਏ ਹੁਣ ਮਾਸ਼ਾਅੱਲਾ ਮਜ਼ਾ ਆਇਆ ਬੜਾ ਹੀ ਮਜ਼ਾ ਆਇਆ ਇੱਥੇ ਆ ਕੇ ਥੈਂਕ ਯੂ ਜੀ ਹਾਂਜੀ ਜੀ ਤੁਸੀਂ ਵੀ ਸੀ ਆਰ ਸੀ ਕਲੱਬ ਦੇ ਮੈਂਬਰ ਹੋ ਤੇ ਕਿਸ ਤਰ੍ਹਾਂ ਲੱਗ ਰਿਹਾ ਜੀ ਅੱਜ ਤੁਸੀਂ ਮਨਪਸੰਦ ਰੰਗ ਜਿਹੜਾ ਨਾ ਇੱਕ ਬੜਾ ਅੱਛਾ ਕੰਮ ਕੀਤਾ ਜਿਹੜਾ ਤੁਸੀਂ ਦੱਸਿਆ ਕਿ ਪੰਜਾਬੀ ਦੀ ਸ਼ਾਨ ਹੈਗੀ ਇਹ ਪੱਗ ਸਿਰ ਨੂੰ ਢੱਕਣਾ ਤੇ ਬੜਾ ਮਜ਼ਾ ਆਇਆ ਬੜੇ ਅੱਛੇ ਬਾਅਦ ਮੈਂ ਤਾਂ ਕਦੀ ਬੰਨੀ ਨਹੀਂ ਸੀ ਲੇਕਿਨ ਮੈਂ ਇੱਕ ਬਹੁਤ ਅੱਛਾ ਸੀਨ ਕਰ ਰਿਹਾ ਤੁਹਾਡਾ ਬੜਾ ਅੱਛਾ ਕੰਮ ਔਰ ਇਹ ਸਾਰੇ ਕਲਚਰ ਨੂੰ ਹੀ ਕਰਨ ਦਾ ਕੰਮ ਹੈ ਮੁਹੱਬਤ ਦਾ ਪਿਆਰੀ ਪਿਆਰ ਦੀ ਅਲਾਮਤ ਹੈ ਥੈਂਕ ਯੂ ਜੀ ਥੈਂਕ ਯੂ ਜੀ ਲਓ ਜੀ ਹਾਂਜੀ ਜੀ ਦੇਖਣਾ ਵੀ ਤੱਕ ਮੁਸ਼ਕਲ ਹੋ ਰਿਹਾ ਬਹੁਤ ਕਿਉਂਕਿ ਰਸ਼ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਲੋਕ ਇੰਨੇ ਜ਼ਿਆਦਾ ਨੇ ਦਸਤਾਰ ਬਣਾਉਣ ਵਾਲੇ ਆਪਣੇ ਬੱਲੇ ਬਿਠਾਓ ਨਾ ਟੂਡੇ ਇਜ਼ ਅ ਟਰਬਨ ਡੇ ਅਰੇਂਜ ਬਾਏ ਆ ਰੇਡੀਓ ਸਾਡੇਆਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਜੀ ਇਹ ਉਪਰਾਲਾ ਜਿਹੜਾ ਰੇਡੀਓ ਸਾਡੇਆਲਾ ਦੀ ਤਰਫੋਂ ਕੀਤਾ ਜਾ ਰਿਹਾ ਹੈ ਔਰ ਆਪਣੇ ਵੀਰ ਜੀ ਜਿਹੜੇ ਨੇ ਇਹ ਸਾਰੇ ਈਸਟ ਪੰਜਾਬ ਵਾਲੇ ਭਰਾ ਨੇ ਜਿਹੜੇ ਪੱਗਾਂ ਦਸਤਾਰਾਂ ਸਜਾਉਂਦੇ ਨੇ ਸਾਡੇ ਭਾਜੀ ਗੁਰਜੀਤ ਸਿੰਘ ਸ਼ਾਹਪੁਰੀਆ ਭਾਜੀ ਨੇ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਸਟੂਡੈਂਟਸ ਨੇ ਬਾਕੀ ਜਿਹੜੇ ਬਾਕੀ ਲੋਕਾਂ ਨੂੰ ਦਸਤਾਰਾਂ ਜਿਹੜੀਆਂ ਨੇ ਉਹ ਸਜਾ ਰਹੇ ਨੇ ਇੰਨੀ ਸਪੀਡ ਇਹਨਾਂ ਦੀ ਤੇਜ਼ ਹੈ ਮੈਨੂੰ ਲੱਗਦਾ ਸਾਡੇ ਥਾਂ ਨੂੰ ਹੋਰ ਘੰਟੇ ਨੂੰ ਸਾਰੇ ਬੁੱਕ ਜਾਣੇ ਆ ਜੀ
ਦੇਖੋ ਜੀ ਤੁਸੀਂ ਔਰ ਅੱਜ ਰਿਕਾਰਡ ਅਸੀਂ ਕਾਇਮ ਕਰਨਾ ਵਾ ਇਹ ਸਾਰੇ ਜਿੰਨੇ ਵੀ ਦਸਤਾਰਾਂ ਬਣਾ ਰਹੇ ਨੇ ਇਹਦੇ ਵਿੱਚ 99% ਜਿੰਨੇ ਵੀ ਨੇ ਸਾਡੇ ਮੁਸਲਿਮ ਵੀਰ ਜੀ ਨੇ ਇੱਕ ਮਗਰ ਬੋਲੋ ਕੇ ਗਿਣਤੀ ਆਉਂਦੀ ਹੈ ਨਾ ਆਪਣੀ ਬੋਲੀ ਇੱਕ ਅੱਜ ਪਤਾ ਲੱਗੂ ਬੋਲੀ ਕਿੰਨੀ ਦੇ ਕੇ ਹਨਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਮਾਤਸ ਬਣਨੀ ਸਜਾਉਣੀ ਬਹੁਤ ਨਹੀਂ ਵੀ ਬਹੁਤ ਬਣੀ ਸ਼ੇਰ ਉੱਪਰ ਕਰਨਾ ਪਹਿਲਾਂ ਉੱਪਰ ਕਰ ਦਿੰਦਾ ਪਤਾ ਥੱਲੇ ਲਈਏ ਨਾ ਉਦੋਂ ਪਹਿਲਾਂ ਉੱਪਰ ਕਰੀਏ ਫਿਰ ਉਸੇ ਤਰੀਕੇ ਨਾਲ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਇੱਦਾਂ ਹੈਲੋ ਮਿਰਜ਼ਾ ਸਾਹਿਬ ਇਹਨਾਂ ਦੱਸੋ ਕਿ ਇੱਥੇ ਬਿਠਾਉਣ ਜਿਹੜਾ ਵੀ ਇਹ ਬੰਦਾ ਹਾਂਜੀ ਹੋਰ ਭਾਈ ਸਾਹਿਬ ਕਿੱਥੇ ਨੇ ਬੰਨਣ ਵਾਲੇ ਠੀਕ ਹੈ ਚਲੋ ਇਸ ਤੋਂ ਬਾਅਦ ਤੁਸੀਂ ਇੱਥੇ ਆ ਜਾਓ ਕੁਰਸੀ 'ਤੇ ਹਾਂ ਹਾਂਜੀ ਜੀ ਤੁਸੀਂ ਦੇਖ ਰਹੇ ਹੋ ਕਿ ਹੁਣ ਹੁਮਾ ਕੇ ਲੋਕ ਪਹੁੰਚ ਰਹੇ ਨੇ ਪੰਜਾਬੀ ਦਸਤਾਰਾਂ ਸਜਾਉਣ ਵਾਸਤੇ ਨੰਬਰ ਨਹੀਂ ਮਿਲ ਰਿਹਾ ਇੰਨਾ ਰਸ਼ ਹੈ ਅਤੇ ਹੋਪ ਕਿ ਅਸੀਂ ਇੱਦਾਂ ਦੇ ਉਪਰਾਲੇ ਜਿਹੜੇ ਆ ਹੋਰ ਵੀ ਗੁਰੂ ਘਰਾਂ ਦੇ ਵਿੱਚ ਕਰਦੇ ਰਹਾਂਗੇ ਔਰ ਤੁਸੀਂ ਇਸ ਚੀਜ਼ ਨੂੰ ਪ੍ਰਮੋਟ ਕਰਦੇ ਰਹਿਣਾ ਅਤੇ ਅਸੀਂ ਅੱਗੇ ਵਧਾਉਂਦੇ ਰਹਾਂਗੇ ਹਾਂਜੀ ਇੱਥੇ ਆ ਜਾਓ ਕੋਈ ਗਲਤ ਭਾਜੀ ਤੁਹਾਡੀ ਕੰਢ ਹੀ ਆ ਰਹੀ ਹੈ ਬਾਰ ਬਾਰ ਥੋੜਾ ਸਾ ਗਰਸ ਦੇ ਪੀਸ ਨਹੀਂ
ਵੀਰ ਜੀ ਚੜ੍ਹਦੀ ਕਲਾ ਦੇਖ ਲੈ ਚਲੋ ਸਰ ਜੀ ਕਰਦੇ ਹਾਂ ਜੀ ਸਾਰੇ ਜਿਹੜੀਆਂ ਸਜਾ ਲੈਂਦੇ ਇਹਨਾਂ ਨੂੰ ਚੰਗੀ ਜੀ ਬਣਾਉਣੀ ਹੈ ਸਪੈਸ਼ਲ ਤੁਹਾਡੇ ਵਾਸਤੇ ਆਏ ਆ ਜੀ ਅਸਲਾਮ ਵਾਲੇਕੁਮ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇਆਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਆਪਾਂ ਜਿਹੜੀ ਗੱਲ ਕੀਤੀ ਸੀ ਉਹ ਪੂਰੀ ਕੀਤੀ ਹੈ ਔਰ ਅੱਜ ਰੇਡੀਓ ਸਾਡੇਆਲਾ ਦੀ ਟੀਮ ਜਿਹੜੀ ਹੈ ਦਰਬਾਰ ਸਾਹਿਬ ਕਰਤਾਰਪੁਰ ਵਿਖੇ 550 ਸਾਲਾ ਆਗਮਨ ਪੁਰਬ 'ਤੇ ਬਾਬਾ ਗੁਰੂ ਨਾਨਕ ਸਾਹਿਬ ਦੇ 550 ਦਸਤਾਰਾਂ ਜਿਹੜੀਆਂ ਨੇ ਉਹ ਸਜਾਈਆਂ ਜਾ ਰਹੀਆਂ ਨੇ ਦੇਖੋ ਤੁਸੀਂ ਕਿਸ ਤਰ੍ਹਾਂ ਲੋਕ ਜੋਸ਼ ਖਰੋਸ਼ ਦੇ ਨਾਲ ਸਿਰ ਦੇ ਉੱਤੇ ਦਸਤਾਰਾਂ ਸਜਾ ਰਹੇ ਨੇ ਈਵਨ ਦੈਨ ਸਾਡੀਆਂ ਜਿਹੜੀਆਂ ਮੁਸਲਮਾਨ ਭੈਣਾਂ ਨੇ ਉਹਨਾਂ ਨੂੰ ਵੀ ਆਪਣੇ ਸਿਰ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਔਰ ਇੱਕ ਪੰਜਾਬੀ ਹੋਣ ਦੇ ਨਾਤੇ ਸਭ ਲੋਕਾਂ ਨੇ ਤੁਸੀਂ ਦੇਖੋ ਆਪਣੇ ਆਪਣੇ ਪਸੰਦ ਦੇ ਰੰਗ ਦੀ ਕਿਸੇ ਦੇ ਸਿਰ 'ਤੇ ਬਰਾਊਨ ਹੈ ਕਿਸੇ ਦੇ ਸਿਰ 'ਤੇ ਵਾਈਟ ਹੈ ਕਿਸੇ ਦੇ ਸਿਰ 'ਤੇ ਰੈੱਡ ਹੈ ਅਤੇ ਕਿਸੇ ਦੇ ਸਿਰ 'ਤੇ ਉੱਤੇ ਕੇਸਰੀ ਹੈ ਕਿਸੇ ਨੇ ਪਰਪਲ ਸਜਾਈ ਹੋਈ ਹੈ ਅਤੇ ਕਿਸੇ ਨੇ ਸਕਾਏ ਕਲਰ ਦੀ ਹੈ ਸੋ ਮੈਂ ਕਹਾਂਗਾ ਕਿ ਬਹੁਤ ਹੀ ਵਧੀਆ ਲੱਗ ਰਿਹਾ ਹੈ ਇਹ ਆਹ ਚੀਜ਼ ਦੇਖ ਕੇ ਜਿਹੜੀ ਹੈ ਇਹ ਬਹੁਤ ਹੀ ਨਵੇਕਲੀ ਤੁਸੀਂ ਪਹਿਲੀ ਵਾਰੀ ਦੇਖੀ ਹੋਏਗੀ ਬਿਕੋਜ਼ ਇਹਨਾਂ ਹਿਸਟਰੀ ਆਫ ਪਾਕਿਸਤਾਨ ਆਈ ਹੈਵ ਨੈਵਰ ਸੀਨ ਬਿਫੋਰ ਦਿਸ ਕਿ ਇਸ ਤਰ੍ਹਾਂ ਦੀ ਜਿਹੜੀ ਦਸਤਾਰ ਹੈ ਅਗਰ ਕੈਂਪ ਲਾਇਆ ਗਿਆ ਤਾਂ ਉਹਦੇ ਵਿੱਚ ਬੀਬੀਆਂ ਜਿਹੜੀਆਂ ਨੇ ਉਹਨਾਂ ਨੇ ਵੀ ਹਿੱਸਾ ਲਿਆ ਹੋਏ ਔਰ ਉਹ ਵੀ ਆਪਣੇ ਸਿਰ ਦੇ ਉੱਤੇ ਦਸਤਾਰ ਬਣਵਾ ਕੇ ਅਤੇ ਬਹੁਤ ਇੱਕ ਫਖਰ ਮਹਿਸੂਸ ਜਿਸ ਤਰ੍ਹਾਂ ਕਰਦੇ ਨੇ ਉਸ ਤਰੀਕੇ ਨਾਲ ਫੀਲ ਕਰ ਰਹੇ ਨੇ ਜੀ ਹਾਂਜੀ ਜੀ ਕੈਸਾ ਲੱਗ ਰਿਹਾ ਭੈਣ ਜੀ ਤੁਹਾਨੂੰ ਦਸਤਾਰ ਸਜਾ ਕੇ ਤੁਸੀਂ ਪਹਿਲੇ ਕਦੀ ਦਸਤਾਰ ਬੰਨੀ ਓਕੇ ਜੀ ਤੁਸੀਂ ਕਦੀ ਦਸਤਾਰ ਸਜਾਈ ਸੀ ਪਹਿਲੇ ਓਕੇ ਜੀ ਭੈਣ ਜੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਅੱਜ ਤੁਸੀਂ ਪਹਿਲੀ ਵਾਰੀ ਦਸਤਾਰ ਸਜਾਈ ਹੈ ਇਹ ਸਾਡੇ ਭਾਈ ਸਾਹਿਬ ਨੇ ਇਹ ਇੰਟਰਨੈਸ਼ਨਲ ਦਸਤਾਰ ਅਰੇਂਜਰ ਨੇ ਇਹਨਾਂ ਨੇ ਬਹੁਤ ਗੋਲਡ ਮੈਡਲ ਵੀ ਲਏ ਨੇ ਦਸਤਾਰ ਅਰੇਂਜ ਕਰਨ ਦੇ ਵਿੱਚ ਇਹ ਤਮਾਮ ਇਹਨਾਂ ਦੇ ਸਾਰੇ ਸਟੂਡੈਂਟਸ ਨੇ ਜੀ ਔਰ ਤਮਾਮ ਇਹਨਾਂ ਦੇ ਸਟੂਡੈਂਟਸ ਨੇ ਔਰ ਭਾਈ ਸਾਹਿਬ ਸਪੈਸ਼ਲੀ ਕਹਿ ਲਓ ਤੁਸੀਂ ਡੇਰਾ ਬਾਬਾ ਗੁਰੂ ਨਾਨਕ ਤੋਂ ਆਏ ਨੇ ਸਾਡੀਆਂ ਭੈਣਾਂ ਜਿਹੜੀਆਂ ਨੇ ਇਹ ਲਾਹੌਰ ਤੋਂ ਆਈਆਂ ਨੇ ਮੈਂ ਇਸਲਾਮਾਬਾਦ ਤੋਂ ਆਇਆ ਅਤੇ ਦੇਖੋ ਤੁਸੀਂ ਇੱਕ ਬਾਬੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਿੱਥੇ ਇੱਕ ਹੋਣ ਦੀ ਗੱਲ ਕੀਤੀ ਗਈ ਸੀ ਨਾਮ ਜਪਣ ਦੀ ਕਿਰਤ ਕਰਨ ਦੀ ਔਰ ਵਣ ਛੱਕਣ ਦੀ ਗੱਲ ਕੀਤੀ ਗਈ ਸੀ ਇੱਥੇ ਆ ਕੇ ਲੋਕ ਨਾਮ ਵੀ ਜਪਦੇ ਨੇ ਕਿਰਤ ਵੀ ਕਰਦੇ ਨੇ ਔਰ ਵੰਡ ਵੀ ਛੱਕਦੇ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਿੰਨਾ ਅੱਛਾ ਲੱਗ ਰਿਹਾ ਕਿ ਲੋਕ ਆਪਣੇ ਸਿਰ ਦੇ ਉੱਤੇ ਪੰਜਾਬੀ ਦਸਤਾਰਾਂ ਸਜਾ ਕੇ ਰੰਗਾਂ ਰੰਗ ਦੀਆਂ ਅੱਜ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਬਹੁਤ ਵੱਡਾ ਫੈਸਟੀਵਲ ਹੋਵੇ ਅਤੇ ਜੀ ਇਹ ਫੈਸਟੀਵਲ ਇਹੀ ਸੀ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ ਦੁਨੀਆਂ 'ਤੇ ਆਉਣ ਦੇ 550 ਸਾਲ ਜਿਹੜੇ ਸੀ ਉਹਦੀ ਖੁਸ਼ੀ ਦੇ ਵਿੱਚ ਰੇਡੀਓ ਸਾਡੇਆਲਾ ਦੀ ਤਰਫੋਂ ਇਹ ਉਪਰਾਲਾ ਕੀਤਾ ਗਿਆ ਸੀ ਔਰ ਸਾਡੇ ਵੀਰ ਜੀ ਸਪੈਸ਼ਲੀ ਕਿਉਂਕਿ ਸਾਡੇ ਰੇਡੀਓ ਸਾਡੇਆਲਾ ਦੀ ਟੀਮ ਜਿਹੜੀ ਹੈ ਡੇਰਾ ਬਾਬਾ ਗੁਰੂ ਨਾਨਕ ਤੋਂ ਭਾਈ ਗੁਰਜੀਤ ਸਿੰਘ ਜਿਹੜੇ ਨੇ ਸ਼ਾਹਪੁਰੀਆ ਇਹ ਉੱਧਰੋਂ ਨੇ ਡੀਲ ਕਰਦੇ ਨੇ ਔਰ ਪਾਕਿਸਤਾਨ ਵਾਲੀ ਸਾਈਡ ਤੋਂ ਅਸੀਂ ਕਿਸਮਤ ਨਾਲ ਇਕੱਠੇ ਹੋ ਗਏ ਜਾਂ ਸਾਨੂੰ ਨਿਊਜ਼ੀਲੈਂਡ ਇਕੱਠਾ ਹੋਣਾ ਸੀ ਜਾਂ ਅਮਰੀਕਾ ਇਕੱਠਾ ਹੋਣਾ ਸੀ ਅਸੀਂ ਪਲਾਨ ਸਾਡਾ ਇੱਦਾਂ ਹੀ ਸੀ ਲੇਕਿਨ ਦੇਖੋ ਤੁਸੀਂ ਕਿ ਪਾਕਿਸਤਾਨ ਦੇ ਅੰਦਰ ਅਸੀਂ ਇੱਕ ਵਾਰੀ ਇਕੱਠੇ ਹੋ ਗਏ ਹਾਂ ਔਰ ਇੱਕ ਪੀਸ ਦਾ ਮੈਸੇਜ ਹੈ ਇਹੀ ਕਹਾਂਗਾ ਪਿਆਰ ਮੁਹੱਬਤ ਅਮਨ ਭਾਈਚਾਰਾ ਜ਼ਿੰਦਾਬਾਦ ਮੈਂ ਇਹੀ ਕਹਾਂਗਾ ਸਾਰਿਆਂ ਨੂੰ ਕਿ ਆਹ ਤੁਸੀਂ ਦੇਖ ਲਵੋ ਕਿਸੇ ਵੀ ਮੁੱਢ ਭੈਣ ਤੋਂ ਬਗੈਰ ਸਾਡੀਆਂ ਭੈਣਾਂ ਨੇ ਦੇਖੋ ਤੁਸੀਂ ਸਿਰ 'ਤੇ ਦਸਤਾਰਾਂ ਸਜਾਈਆਂ ਨੇ ਕਿੰਨਾ ਵਧੀਆ ਲੱਗ ਰਿਹਾ ਕਿੰਨਾ ਅੱਛਾ ਲੱਗ ਰਿਹਾ ਇਹ ਇੱਕ ਪੀਸ ਦਾ ਮੈਸੇਜ ਹੈ ਮੁਹੱਬਤ ਦਾ ਮੈਸੇਜ ਹੈ ਅਮਨ ਦਾ ਮੈਸੇਜ ਹੈ ਔਰ ਪੰਜਾਬੀਆਂ ਦੀ ਸਾਂਝੀ ਅਵਾਲਤਾ ਦਾ ਮੈਸੇਜ ਹੈ ਅਗਰ ਇਹਨੂੰ ਇਸ ਕੋਈ ਸਮਝੇ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਦਿਨ ਭਰਪੂਰ ਗੁਜ਼ਾਰਿਆ ਇੰਨੀਆਂ ਦਸਤਾਰਾਂ ਸਜਾਈਆਂ ਮੈਂ ਤਾਂ ਦੇਖ ਦੇਖ ਕੇ ਥੱਕ ਗਿਆ ਔਰ ਕਵਰ ਵੀ ਨਹੀਂ ਸੀ ਹੁੰਦੀਆਂ ਬਹੁਤ ਬਾਹਰਲੀਆਂ ਗੱਡੀਆਂ ਜੀ ਕੈਂਪ ਲਾਇਆ ਮੇਰੇ ਘਰ ਵਾਲੇ ਵੀ ਲਾਈ ਹੈਗੀ ਜੀ ਇੱਥੇ ਆਣ ਕੇ ਇੱਕ ਮਤਲਬ ਭੈਣਾਂ ਨੇ ਵੀ ਦਸਤਾਰਾਂ ਸਜਾਈਆਂ ਵੀਰਾਂ ਨੇ ਵੀ ਇੱਥੇ ਕੁਛ ਪਤਾ ਨਹੀਂ ਲੱਗ ਰਿਹਾ ਕਿਉਂਕਿ ਇੱਕ ਜਿਹੜੀ ਦਸਤਾਰ ਹੈ ਹਰ ਧਰਮ ਦੇ ਵਿੱਚ ਦਸਤਾਰ ਇੱਕ ਨਵੀਂ ਦੇਸ਼ ਸਜਾਈ ਗਈ ਹੈ ਅਤੇ ਸਾਨੂੰ ਅੱਜ ਪਾਕਿਸਤਾਨ ਜਿਹੜੀ ਦਸਤਾਰ ਸਜਾਉਂਦੇ ਨੇ ਜਿਹੜੇ ਮੌਲਵੀ ਸਜਾਉਂਦੇ ਆ ਤੁਰਨੇ ਵਾਲੀ
ਉਹ ਬੰਨ ਕੇ ਬੜਾ ਆਨੰਦ ਲਿਆ, ਬੜਾ ਮਜ਼ਾ ਆਇਆ, ਕਿਉਂਕਿ ਮੈਂ ਤਕਰੀਬਨ ਨਿਊਜ਼ੀਲੈਂਡ ਦੇ ਵਿੱਚ ਵੀ ਇੱਕ ਦੋ ਪੀੜਾਂ ਨੂੰ ਮੁਸਲਿਮ ਮਿਸ਼ਨਰੀਆਂ ਨੂੰ ਸਜਾਇਆ ਦਸਤਾਰਾਂ ਅਤੇ ਨਵਾਜ਼ਬਾਨ ਚੱਲੇ ਸੀ ਅਤੇ ਬੜੀ ਖੁਸ਼ੀ ਹੋਈ ਅੱਜ ਇੱਥੇ ਆਣ ਕੇ ਕਿ ਮਤਲਬ ਸਵੇਰ ਤੋਂ ਲੱਗੇ ਹੋਏ ਹਾਂ, ਪੰਜ ਛੇ ਘੰਟੇ ਹੋ ਚੁੱਕੇ ਨੇ ਕਿ ਦਸਤਾਰਾਂ ਸਜਾ ਰਹੇ ਹਾਂ, ਹਲੇ ਵੀ ਮਤਲਬ ਇੰਨਾ ਜ਼ਿਆਦਾ ਉਤਸ਼ਾਹ ਆ ਕਿ ਇੱਕ ਦੂਜੇ ਤੋਂ ਮਤਲਬ ਅੱਗੇ ਹੋ ਕੇ ਲੈਣਾ ਬਣਾਈਆਂ ਹੈ। ਸਾਡਾ ਜਿੰਨਾ ਵੀ ਤੁਸੀਂ ਇੰਤਜ਼ਾਮ ਕੀਤਾ ਸੀ ਉੱਧਰੋਂ ਕਈ ਹਿੱਸੇ ਪੂਰਾ ਵੱਧ ਕੇ ਨਹੀਂ ਸਕਦੇ ਤੇ ਪਹੁੰਚੀ ਆ ਭੈਣ ਜੀ ਆਪਣੇ ਸਿਰ ਤੇ ਅਬੋਹਰ ਤੋਂ ਆਏ ਨੇ ਇੰਡੀਆ ਤੋਂ ਔਰ ਆਪਣੇ ਸਿਰ ਤੇ ਦਸਤਾਰ ਸਜਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਉਹਨਾਂ ਨੂੰ ਦਸਤਾਰ ਸਜਾ ਰਹੇ ਨੇ ਔਰ ਆਪਣੇ ਸਿੰਘ ਸਾਹਿਬ ਜਿਹੜੇ ਹੈ ਗੁਰਜੀਤ ਭਰ ਜੀ ਜਿਹੜੇ ਨੇ ਉਹ ਪਾਕਿਸਤਾਨੀ ਮੁਸਲਿਮ ਭੈਣਾਂ ਦੇ ਨਾਲ ਤਸਵੀਰਾਂ ਖਿਚਾ ਰਹੇ ਨੇ। ਦੇਖੋ ਤੁਸੀਂ ਕਿੰਨੀ ਵੱਡੀ ਤਾਦਾਦ ਦੇ ਨਾਲ ਭੈਣਾਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਸਿੰਘਾਂ ਦੇ ਨਾਲ ਖਿਚਾ ਰਹੀਆਂ ਨੇ ਔਰ ਇਹ ਤੁਸੀਂ ਦੇਖੋ ਭੈਣ ਜੀ ਦਸਤਾਰ ਜਿਹੜੇ ਨੇ ਉਹ ਸਜਾ ਰਹੇ ਨੇ, ਆਪਣੇ ਸਿਰ 'ਤੇ ਦਸਤਾਰ ਸਜਾ ਰਹੇ ਨੇ। ਇਹ ਮਿਊਜ਼ੀਅਮ ਹੈ ਜੀ, ਮਿਊਜ਼ੀਅਮ ਦੇ ਅੰਦਰ ਕੋਈ ਵੀ ਬੰਦਾ ਇਤਰਾਜ਼ ਨਾ ਕਰੇ, ਠੀਕ ਹੈ ਜੀ। ਗੁਰੂ ਘਰ ਇੱਥੋਂ ਤਕਰੀਬਨ ਕੋਈ 150 ਫੁੱਟ ਦੇ ਫਾਸਲੇ 'ਤੇ ਅੱਗੇ ਹੈ। ਇਹ ਮਿਊਜ਼ੀਅਮ ਹੈ, ਗੁਰੂ ਘਰ ਦੀ ਚਾਰਦਵਾਰੀ ਦੇ ਅੰਦਰ ਹੈ, ਬਟ ਇਹ ਗੁਰੂ ਘਰ ਨਹੀਂ ਹੈ। ਇਸ ਵਾਸਤੇ ਪਲੀਜ਼ ਅਸੀਂ ਰਹਿਤ ਮਰਿਆਦਾ ਨੂੰ ਸਮਝਦੇ ਹਾਂ, ਸੋ ਪਲੀਜ਼ ਕੋਈ ਵੀ ਭਾਈ ਇਤਰਾਜ਼ ਨਾ ਕਰੇ ਕਿ ਜਿੱਦਾਂ ਹੁਣ ਭੈਣ ਜਿਹੜੀ ਹੈ ਦਸਤਾਰ ਸਜਾ ਰਹੀ ਹੈ ਲੇਕਿਨ ਇਹ ਮਿਊਜ਼ੀਅਮ ਦੇ ਅੰਦਰ ਸਜਾ ਰਹੇ ਨੇ। ਠੀਕ ਹੈ ਜੀ, ਭਾਈ ਸਾਹਿਬ ਦਸਤਾਰ ਸਜਾ ਰਹੇ ਨੇ ਔਰ ਭੈਣ ਜੀ ਅਬੋਹਰ ਤੋਂ ਜਿਹੜੇ ਆਏ ਨੇ ਉਹ ਆਪਣੇ ਮੱਥੇ 'ਤੇ ਦਸਤਾਰ ਸਜਾ ਰਹੇ ਨੇ ਜੀ। ਬਹੁਤ ਹੀ ਸ਼ਰਧਾ ਦੇ ਨਾਲ, ਬਹੁਤ ਹੀ ਮਾਣ ਦੇ ਨਾਲ ਲੋਕ ਆਪਣੇ ਸਿਰਾਂ 'ਤੇ ਦਸਤਾਰਾਂ ਜਿਹੜੀਆਂ ਨੇ ਉਹ ਸਜਾ ਰਹੇ ਨੇ। ਇਸੇ ਤਰ੍ਹਾਂ ਹੀ ਦੇਖੋ ਤੁਸੀਂ ਇੱਕ ਹੋਰ ਭੈਣ ਜੀ ਮੁਸਲਿਮ ਭੈਣ ਜਿਹੜੇ ਨੇ ਉਹ ਦਸਤਾਰ ਆਪਣੇ ਸਿਰ 'ਤੇ ਸਜਵਾਉਣਾ ਚਾਹ ਰਹੇ ਨੇ। ਇਹ ਤੁਸੀਂ ਦੇਖੋ ਸਾਡੇ ਨਾਲ ਮਿਊਜ਼ੀਅਮ ਅਥਾਰਟੀ ਦੇ ਜਿਹੜੇ ਆਪਣੇ ਫਕੀਰ ਸੈਫੁਦੀਨ ਸਾਹਿਬ ਵੀ ਮੌਜੂਦ ਨੇ। ਫਕੀਰ ਸੈਫੁਦੀਨ ਦਾ ਤਾਰਫ ਮੈਂ ਕਿਸੇ ਮੁਹਤਾਜ ਨਹੀਂ ਹੈ, ਇਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਖਾਸ ਮਿਨਿਸਟਰ ਸਨ ਜਿਨ੍ਹਾਂ ਕੋਲ 7 ਮਿਨਿਸਟਰੀਆਂ ਸਨ, ਇਹ ਉਹਨਾਂ ਦੀ ਤਕਰੀਬਨ ਪੰਜਵੀਂ ਜਨਰੇਸ਼ਨ ਜਿਹੜੀ ਹੈ ਉਹਨਾਂ ਦੀ ਪੰਜਵੀਂ ਜਨਰੇਸ਼ਨ ਤੋਂ ਨੇ। ਫਕੀਰ ਸੈਫੁਦੀਨ ਜੀ ਜਿਹੜੇ ਨੇ ਉਹ ਇਹਨਾਂ ਦਾ ਫਕੀਰ ਖਾਨਾ ਮਿਊਜ਼ੀਅਮ ਤੋਂ ਵੀ ਤਾਰਫ ਹੈ। ਆਪ ਜੀ ਨੇ ਸਾਡੇ ਰੇਡੀਓ ਤੋਂ ਦੇਖਿਆ ਹੋਣਾ ਕਿ ਅਸੀਂ ਤੁਹਾਨੂੰ ਰੇਡੀਓ ਤੋਂ ਵੀ ਇਹਨਾਂ ਦਾ ਤਾਰਫ ਕਰਵਾਇਆ ਹੋਇਆ। ਅਸੀਂ ਇਹਨਾਂ ਦੇ ਵੀ ਸਿਰ 'ਤੇ ਦਸਤਾਰ ਸਜਾਉਣੀ ਹੈ, ਮਹਾਰਾਜਾ ਵਾਲੀ ਸਜਾਉਣੀ ਹੈ, ਪੂਰੀ 52 ਕਲੀਆਂ ਵਾਲੀ ਸਜਾਉਣੀ ਹੈ ਇਹਨਾਂ ਦੇ ਸਿਰ ਦੇ ਉੱਤੇ ਔਰ ਭੈਣ ਜੀ ਦੀ ਦਸਤਾਰ ਜਿਹੜੀ ਹੈ। ਜ਼ਿਆਦਾ ਪਾਪੂਲਰ ਜਿਹੜੀ ਦਸਤਾਰ ਹੈ ਇਸ ਵੇਲੇ ਉਹ ਓਲਡ ਪੰਜਾਬੀ ਦਸਤਾਰ ਹੈ, ਜਿਹੜੀ ਕਿ ਸਾਂਝੇ ਪੰਜਾਬ ਦੀ ਸਾਂਝੀ ਵਾਲਤਾ ਦੀ ਦਸਤਾਰ ਸੀ, ਉਹਦੀ ਡਿਮਾਂਡ ਇਸ ਵੇਲੇ ਸਭ ਤੋਂ ਜ਼ਿਆਦਾ ਹੈ। ਲਾੜ ਵਾਲੀ ਤੁਰੇ ਵਾਲੀ ਜਿਹੜੀ ਪੱਗ ਹੈ ਜ਼ਿਆਦਾ ਜਿਹੜੇ ਭਰਾ ਵੀ ਔਰ ਭੈਣਾਂ ਵੀ ਆਪਣੇ ਸਿਰ 'ਤੇ ਸਜਾਉਣਾ ਜਿਹੜਾ ਜ਼ਿਆਦਾ ਪਸੰਦ ਕਰ ਰਹੇ ਨੇ। ਮੋਸਟਲੀ ਆਪਾਂ ਦੇਖਦੇ ਹਾਂ ਸਰਦਾਰ ਭਰਾਵਾਂ ਦੇ ਸਿਰ 'ਤੇ ਪਟਿਆਲਾ ਸ਼ਾਹੀ ਜਿਹੜੀ ਹੈ ਜਾਂ 52 ਕਲੀਆਂ ਵਾਲੀ ਜਿਹੜੀ ਹੈ ਦਸਤਾਰ ਤੁਹਾਨੂੰ ਨਜ਼ਰ ਆਉਂਦੀ ਹੈ, ਲੇਕਿਨ ਇੱਥੇ ਜਿਹੜੀ ਅੱਜ ਦਾ ਦਿਨ ਹੈ ਇਹ ਬੜਾ ਅਨੋਖਾ ਜਿਹਾ ਦਿਨ ਹੈ ਕਿ 550 ਸਾਲਾ ਗੁਰੂਪੁਰਬ ਦੇ ਉੱਤੇ ਇਹ ਤਮਾਮ ਲੋਕ ਜਿਹੜੇ ਨੇ ਉਹ ਇੰਜ ਲੱਗ ਰਿਹਾ ਮੈਨੂੰ ਜਿਸ ਤਰ੍ਹਾਂ ਕਿ ਭਗਤ ਸਿੰਘ ਦੀ ਸਿਰ ਦੀ ਪੱਗ ਜਿਹੜੀ ਸੀ ਉਹੀ ਸਾਰੀ ਮੈਨੂੰ ਦੁਬਾਰਾ ਰਿਪੀਟ ਹੁੰਦੀ ਨਜ਼ਰ ਆ ਰਹੀ ਹੈ। ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇਆਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ। ਇਹ ਉਪਰਾਲਾ ਕੀਤਾ ਗਿਆ ਸੀ ਅੱਜ 550 ਸਾਲਾ ਗੁਰੂਪੁਰਬ ਦੇ ਉੱਤੇ 550 ਪੱਗਾਂ ਵੀ ਬਣੀਆਂ ਗਈਆਂ, ਲੇਕਿਨ ਹੁਣ ਅਸੀਂ 550 ਤੋਂ ਉੱਤੇ ਦਸਤਾਰਾਂ ਸਜਾ ਰਹੇ ਹਾਂ। ਹਲੇ ਕੁਛ ਅਥਾਰਟੀਜ਼ ਬਾਕੀ ਨੇ, ਉਹਨਾਂ ਨੂੰ ਅਸੀਂ ਆਪਾਂ ਸਜਾਵਾਂਗੇ। ਇਹ ਸਾਡੀ ਇੱਕ ਛੋਟੀ ਜਿਹੀ ਭੈਣ ਜਿਹੜੀ ਹੈ ਉਹ ਵੀ ਸਿਰ 'ਤੇ ਦਸਤਾਰ ਜਿਹੜੀ ਹੈ ਉਹ ਸਜਾ ਰਹੀ ਹੈ। ਲਓ ਜੀ, ਭਾਈ ਸਾਹਿਬ ਜਿਹੜੇ ਹੈ ਬਹੁਤ ਜ਼ਿਆਦਾ ਸਾਰੀਆਂ ਬੱਚੀਆਂ ਭਾਈ ਸਾਹਿਬ ਦੇ ਦੁਆਲੇ ਸਨ। ਦੇਖੋ ਉਹਨਾਂ ਨੇ ਆਪਣੇ ਸੂਟ ਨਾਲ ਮੈਚ ਕਰਕੇ ਜਿਹੜੀ ਦਸਤਾਰ ਹੈ ਉਹ ਸਿਰ 'ਤੇ ਸਜਾਈ ਹੈ। ਫਿਰ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਚਾਹਾਂ
ਤੁਹਾਡੇ ਮਨ 'ਚ ਜਿਹੜਾ ਭੁਲੇਖਾ ਹੈ, ਕਿਉਂਕਿ ਮੇਰੇ ਸੁਣਨ ਵਾਲੇ ਜਿਹੜੇ ਨੇ ਉਹ ਸਾਰੇ ਧਰਮਾਂ ਨਾਲ ਜੁੜੇ ਹੋਏ ਲੋਕ ਨੇ, ਸੋ ਦਸਤਾਰ ਦਾ ਤਲਕ ਕਿਸੇ ਇੱਕ ਮਜ਼ਹਬ ਨਾਲ ਨਹੀਂ ਹੈ। ਦਸਤਾਰ ਪੰਜਾਬੀਆਂ ਦੀ ਸਾਂਝੀ ਦਸਤਾਰ ਹੈ, ਸਿਰ ਦਾ ਤਾਜ ਹੈ ਪੰਜਾਬੀਆਂ ਦਾ, ਇਹਨੂੰ ਸਿਰ ਦੇ ਉੱਤੇ ਕੋਈ ਵੀ ਸਜਾ ਸਕਦਾ ਹੈ। ਸੋ ਇਹਨੂੰ ਕਿਸੇ ਇੱਕ ਮਜ਼ਹਬ ਨਾਲ ਜੋੜਨਾ ਜਾਂ ਕਿਸੇ ਚੀਜ਼ ਨਾਲ ਜੋੜਨਾ ਉਹ ਕਿਸੇ ਵੀ ਤਰ੍ਹਾਂ ਦਾ ਇਨਸਾਫ਼ ਨਹੀਂ ਹੈ। ਦੇਖੋ ਅੱਜ ਉਸ ਚੀਜ਼ ਦੀ ਮਿਸਾਲ ਜਿਹੜੀ ਹੈ, ਬਾਬਾ ਗੁਰੂ ਨਾਨਕ ਸਾਹਿਬ ਦੇ ਘਰ ਤੁਹਾਨੂੰ ਜਿਹੜੀ ਇਕੱਠੇ ਹੋਣ ਵਾਲੀ ਸੀ ਉਹ ਦੇਖ ਲਓ ਤੁਸੀਂ ਕਿ ਲੋਕ ਇਕੱਠੇ ਹੋ ਰਹੇ ਨੇ, ਆਪਣੇ ਸਿਰ ਦੇ ਉੱਤੇ ਦਸਤਾਰਾਂ ਸਜਾ ਰਹੇ ਨੇ, ਦੁਮਾਲੇ ਸਜਾ ਰਹੇ ਨੇ, ਕੇਸਕੀਆਂ ਸਜਾ ਰਹੇ ਨੇ, 52 ਕਲੀਆਂ ਵਾਲੀਆਂ ਜਿਹੜੀਆਂ 52 ਵਾਲੀ ਪੱਗ ਜਿਹੜੀ ਹੈ ਉਹ ਸਜਾਈ ਜਾਂਦੀ ਹੈ। ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਸਾਡੀਆਂ ਭੈਣਾਂ ਜਿਹੜੀਆਂ ਨੇ ਆਪਣੇ ਸਿਰ ਦੇ ਉੱਤੇ ਦਸਤਾਰ ਜਿਹੜੀਆਂ ਨੇ ਉਹ ਸਜਾ ਰਹੀਆਂ ਨੇ। ਕੀਪ ਇਨ ਟੱਚ, ਕੀਪ ਇਨ ਵਾਚ ਐਂਡ ਕੀਪ ਲਾਈਕ ਰੇਡੀਓ ਸੜਿਆਲਾ। ਔਰ ਭਾਈ ਸਾਹਿਬ ਸਾਡੇ ਗੁਰਜੀਤ ਸਿੰਘ ਸ਼ਾਹਪੁਰੀਆ ਇੰਟਰਨੈਸ਼ਨਲ, ਭਾਅ ਜੀ ਦਸਤਾਰ ਸਜਾਉਣ ਵਾਲੇ ਜਿਹੜੇ ਨੇ ਉਹ ਕਹਿ ਰਹੇ ਹਾਂ ਕਿ ਅੱਜ ਮੈਨੂੰ ਬਹੁਤ ਮਜ਼ਾ ਆਇਆ ਪਾਕਿਸਤਾਨ ਦੇ ਵਿੱਚ ਆ ਕੇ, ਬਿਲਕੁਲ ਟੋਟਲੀ ਦਸਤਾਰਾਂ। ਹਾਂਜੀ ਭਾਅ ਸਾਹਿਬ, ਇੱਕ ਹੋਰ ਤੁਸੀਂ ਬੜੀ ਖੂਬਸੂਰਤ ਸਾਡੀ ਛੋਟੀ ਜਿਹੀ ਭੈਣ ਨੂੰ ਸੇਮ ਉਹਨਾਂ ਦੇ ਕੱਪੜਿਆਂ ਨਾਲ ਮੈਚ ਕਰਕੇ ਦਸਤਾਰ ਜਿਹੜੀ ਬੰਨ ਕੇ ਦਿੱਤੀ ਹੈ, ਤਾਂ ਬੇਟਾ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ? ਤੁਸੀਂ ਸਿਰ 'ਤੇ ਪਹਿਲੀ ਵਾਰੀ ਸਜਾਈ ਹੈ ਦਸਤਾਰ? ਗੁੱਡ ਹੋ ਗਿਆ, ਅਤੇ ਤੁਹਾਨੂੰ ਪਤਾ ਲੱਗਿਆ ਤੁਸੀਂ ਕਿੰਨੇ ਤੁਹਾਡੇ ਸੂਟ ਨਾਲ ਮੈਚ ਕਰ ਰਹੀ ਹੈ ਤੁਹਾਡੀ? ਗੁੱਡ ਹੋ ਗਿਆ ਵੀਰ ਜੀ, ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਵੀ। ਬਾਬਾ ਜੀ ਬੜੀ ਖੁਸ਼ੀ ਹੋਈ ਇੱਥੇ ਆਣ ਕੇ, ਇੰਨੀਆਂ ਜ਼ਿਆਦਾ ਭੈਣਾਂ ਵੇਖ ਕੇ, ਸਕੂਲ ਦੇ ਟੀਚਰ ਸਾਹਿਬ ਆਣ ਆਏ ਨੇ, ਉਹਨਾਂ ਨੇ ਸਪੈਸ਼ਲੀ ਸਾਨੂੰ ਪੁੱਛਿਆ ਕਿ ਤੁਸੀਂ ਇੱਥੇ ਆਏ ਹੋ, ਅਲੱਗ ਅਲੱਗ ਕਲਰ ਦੀਆਂ ਦਸਤਾਰਾਂ ਤੁਸੀਂ ਸਜਾਈਆਂ ਨੇ, ਅਤੇ ਅਸੀਂ ਫਿਰ ਦੱਸਿਆ ਕਿ ਅਸੀਂ ਪੰਜਾਬ ਦੀ ਧਰਤੀ 'ਤੇ ਹੋਰ ਵੀ ਬਾਹਰ ਇੰਟਰਨੈਸ਼ਨਲ ਲੈਵਲ ਦੇ ਗਰੁੱਪ ਘਰਾਂ ਦੇ ਵਿੱਚ ਦਸਤਾਰਾਂ ਦੇ ਸਿੱਧਾ ਸਾਡਾ ਕੰਮ ਚੱਲਦਾ, ਅਤੇ ਆਪਾਂ ਇਸੇ ਤਰ੍ਹਾਂ ਸਾਰੇ ਔਨਲਾਈਨ ਜੁੜੀਦਾ ਹੈ। ਜੇ ਇੱਥੇ ਆਣ ਕੇ ਬੜੀ ਖੁਸ਼ੀ ਹੋਈ ਕਿ ਤੁਹਾਡੇ ਨਾਲ ਵਿਚਰੇ ਹਾਂ, ਬਹੁਤ ਵਧੀਆ ਲੱਗਾ, ਬਹੁਤ ਬਹੁਤ ਦੋਨਾਂ ਸਰਕਾਰਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨਾ ਸੋਹਣਾ ਇੱਥੇ ਉਪਰਾਲਾ ਕਰਕੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਅਤੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਇੱਥੇ ਮੌਕਾ ਮਿਲਿਆ, ਸੰਗਤ ਕੀਤੇ ਨੇ, ਇੱਕ ਤੁਸੀਂ ਇੱਥੇ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ, ਇਹ ਸਾਨੂੰ ਬੜੀ ਖੁਸ਼ੀ ਹੁੰਦੀ ਆ। ਕੋਸ਼ਿਸ਼ ਕਰਾਂਗੇ ਫਿਰ ਦੁਬਾਰਾ ਇੱਥੇ ਇਸ ਧਰਤੀ 'ਤੇ ਆ ਕੇ ਦੁਬਾਰਾ ਕੈਂਪ ਲਾਈਏ। ਥੈਂਕ ਯੂ ਜੀ ਵੀਰ ਜੀ, ਬਹੁਤ ਸ਼ੁਕਰੀਆ, ਰੱਬ ਰਾਖਾ ਜੀ।